ਸਤਿ ਸ਼੍ਰੀ ਅਕਾਲ ਦੋਸਤੋ। ਸੋ ਅੱਜ 9 ਫਰਵਰੀ 2024, ਸੋ ਮੇਰਾ ਅੱਜ 35ਵਾਂ ਜਨਮ ਦਿਨ ਸੀਗਾ। ਅਤੇ ਮੇਰੇ ਦੋਸਤਾਂ ਨੇ, ਮੇਰੇ ਕਾਫੀ ਵੈਲਵਿਸ਼ਸ ਹੈਗੇ ਨੇ, ਉਹਨਾਂ ਦੇ ਨਾਲ ਮੈਂ ਸਲਾਹ ਕਰਕੇ ਅਤੇ ਪਾਰਟੀਆਂ ਨੂੰ ਸੰਕੋਚਦਿਆਂ ਹੋਇਆ ਸੋਚਿਆ ਸੀ ਕਿ ਅੱਜ 35 ਸਾਲਾਂ ਦਾ ਹੋ ਗਿਆ ਅਤੇ 35ਵੀਂ ਵਾਰ ਮੈਂ ਆਪਣਾ ਬਲੱਡ ਡੋਨੇਟ ਜਿਹੜਾ ਉਹ ਕਰਨਾ ਸੀਗਾ। ਅਤੇ ਇਸ ਕਰਕੇ ਅਸੀਂ ਅੱਜ ਇੱਕ ਕੈਂਪ ਰੱਖਿਆ ਗੁਰਦੁਆਰਾ ਸਾਹਿਬ ਦੇ ਵਿੱਚ, ਜਿਸ ਦੇ ਵਿੱਚ ਡਾਕਟਰ ਪ੍ਰਿਆ ਗੀਤ ਬਟਾਲਾ ਤੋਂ ਮੈਡੀਕਲ ਟੀਮ ਬਲੱਡ ਬੈਂਕ ਦੀ, ਉਹਨਾਂ ਨੇ ਆ ਕੇ ਸਾਡਾ ਇਹ ਬਲੱਡ ਕੈਂਪ ਜਿਹੜਾ ਉਹ ਸੰਪੂਰਨ ਕਰਵਾਇਆ, ਜਿਸ ਦੇ ਵਿੱਚ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਡੋਨਰ ਸਾਡੇ ਲਵੀ ਸ਼ਰੋੜਾ, ਸਾਡੇ ਸੀਨੀਅਰ ਐਡਵਾਈਜ਼ਰ ਅਵਤਾਰ ਸਿੰਘ, ਮੇਰੇ ਫੋਰਨ ਤੋਂ ਫਰੈਂਡ ਕੁਲਵਿੰਦਰ ਸਿੰਘ ਜੀ ਪਿੰਟੂ ਰਿਆੜ, ਉਹਨਾਂ ਦਾ ਬੇਟਾ ਮੋਹਿਤ ਜੋ ਹਾਂਗਕਾਂਗ ਦੇ ਵਿੱਚ ਇਕੱਲਾ ਇੱਕ ਸਿੱਖ ਸਟੂਡੈਂਟ ਆ ਫੁੱਟਬਾਲ ਦੀ ਟੀਮ ਦੇ ਵਿੱਚ, ਉਹਨੇ ਵੀ ਇੰਡੀਆ ਆ ਕੇ ਬਲੱਡ ਜਿਹੜਾ ਉਹ ਡੋਨੇਟ ਕੀਤਾ, ਅਤੇ ਉਹਨਾਂ ਦਾ ਵੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਸਾਡੇ ਮਾਸਟਰ ਜੀ ਸਤਨਾਮ ਸਿੰਘ ਜੀ ਨੈਨੋਕੋਟ ਤੋਂ, ਅਤੇ ਉਸ ਤੋਂ ਬਾਅਦ ਫਿਰ ਮੈਂ ਖੁਦ ਆਪਣਾ ਬਲੱਡ ਜਿਹੜਾ ਆ ਉਹ 35 ਕੰਪਲੀਟ ਕੀਤਾ ਆ, ਅਤੇ 35ਵੀਂ ਵਾਰ ਆਪਣਾ ਬਲੱਡ ਜਿਹੜਾ ਉਹ ਗੁਰੂ ਸਾਹਿਬ ਨੇ ਜਿਹੜੀ ਸਮੱਤ ਬਖਸ਼ਿਸ਼ ਕੀਤੀ ਆ ਸੇਵਾ ਦੀ ਕਿ ਇਹ ਬਲੱਡ ਜਿਹੜਾ ਆ ਕਿਸੇ ਦੇ ਕੰਮ ਆ ਸਕੇ, ਅਤੇ ਅੱਜ 35ਵੀਂ ਵਾਰ ਮੈਂ ਆਪਣਾ ਜਿਹੜਾ ਬਲੱਡ ਆ ਉਹ ਡੋਨੇਟ ਕੀਤਾ। ਅਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਸਕੂਨ ਮਹਿਸੂਸ ਹੋਇਆ, ਕਿਉਂਕਿ ਜਦੋਂ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ, ਅਸੀਂ ਜਿਹੜਾ ਆਪਣਾ ਬਲੱਡ ਜਿਹੜਾ ਦਿੰਦੇ ਹਾਂ ਉਹ ਕਿਸੇ ਨਾ ਕਿਸੇ ਪੇਸ਼ੈਂਟ ਦੀ ਜਾਨ ਬਚਾਉਂਦਾ ਆ, ਕਿਉਂਕਿ ਐਕਸੀਡੈਂਟ ਕੇਸ ਸਾਡੇ ਏਰੀਏ ਦੇ ਵਿੱਚ ਕਾਫੀ ਆ, ਅਨੀਮੀਆ ਪੇਸ਼ੈਂਟ ਹੈ, ਅੱਜ ਕੱਲ੍ਹ ਕੁੜੀਆਂ ਦੇ ਵਿੱਚ ਬਲੱਡ ਦੀ ਕਮੀ ਜਿਹੜੀ ਹੈ ਆ ਰਹੀ ਹੈ ਪ੍ਰੈਗਨੈਂਸੀਆਂ ਦੇ ਵਿੱਚ, ਉਹਦਾ ਕਰਕੇ ਇਹ ਜਿਹੜਾ ਬਲੱਡ ਆ ਸਾਡੇ ਸਮਾਜ ਦੇ ਵਿੱਚ ਸਾਡੇ ਭੈਣ ਭਰਾਵਾਂ ਦੀਆਂ ਬਜ਼ੁਰਗਾਂ ਦੀਆਂ ਕਈ ਜਾਨਾਂ ਬਚਾਉਂਦਾ। ਸੋ ਸਪੈਸ਼ਲ ਥੈਂਕ ਯੂ ਹੈ ਬਟਾਲਾ ਦੀ ਟੀਮ ਦਾ। ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਪ੍ਰਿਆਜੀਤ ਕੌਰ ਕਲਸੀ, ਬਲੱਡ ਟ੍ਰਾਂਸਫਿਊਜ਼ਨ ਆਫਿਸਰ, ਸਿਵਲ ਹੋਸਪਿਟਲ ਬਟਾਲਾ। ਆਪਣੀ ਸਮੂਹ ਟੀਮ ਦੇ ਨਾਲ ਇੱਥੇ ਗੁਰਦੁਆਰਾ ਸਿੰਘ ਸਭਾ ਕਾਦੀਆਂ ਪੁੱਜੇ ਹੋਏ ਹਾਂ ਅਸੀਂ, ਅਤੇ ਭਾਈ ਘਨੱਈਆ ਜੀ ਐਨ ਜੀ ਓ ਵੱਲੋਂ ਇਹ ਇੱਕ ਬੜਾ ਅੱਛਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਔਰ ਇਹ ਬੜੀ ਮਾਨਤਾ ਦੀ ਗੱਲ ਹੈ ਕਿ ਭਾਈ ਘਨੱਈਆ ਜੀ ਬਲੱਡ ਬੈਂਕ ਬਟਾਲਾ ਦੇ ਨਾਲ ਕਾਫੀ ਸਮੇਂ ਤੋਂ ਜੁੜੀ ਹੋਈ ਹੈ, ਔਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਬਲੱਡ ਬੈਂਕ ਵਿੱਚ ਲਾਗਤ ਬਹੁਤ ਹੈ, ਅਨੀਮੀਆ ਦੇ ਪੇਸ਼ੈਂਟਸ, ਟਰੋਮਾ ਸਰਜਰੀ, ਗਾਇਨੀ ਦੇ ਪੇਸ਼ੈਂਟਸ ਵਾਸਤੇ ਬਲੱਡ ਕਾਫੀ ਜਾਂਦਾ ਹੈ, ਅਤੇ ਇਹ ਸੰਸਥਾ ਸਾਨੂੰ ਵੈਸੇ ਵੀ ਡੋਨਰਸ, ਵਾਕ ਇਨ ਡੋਨਰਸ ਵੀ ਭੇਜਦੀ ਹੈ, ਅਤੇ ਪਲੱਸ ਸਾਡੇ ਨਾਲ ਸਮੇਂ 'ਤੇ ਬਲੱਡ ਡੋਨੇਸ਼ਨ ਕੈਂਪਸ ਲਗਾ ਕੇ ਇੱਕ ਬੜੀ ਅੱਛੀ ਸੇਵਾ ਕਰਦੀ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਵਧੀਆ ਦਿਨ ਹੈ ਸਾਡੇ ਛੋਟੇ ਵੀਰ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ, ਜੋ ਕਿ ਮਨੁੱਖਤਾ ਦੇ ਕੇਂਦਰ ਦੇ ਵਿੱਚ ਮਨੁੱਖਤਾ ਦੇ ਭਲੇ ਲਈ ਬਹੁਤ ਹੀ ਸਮਾਜਿਕ ਸੇਵਾਵਾਂ ਕਰ ਰਹੇ ਹਨ। ਉਹਨਾਂ ਦਾ ਅੱਜ 35ਵਾਂ ਜਨਮ ਦਿਹਾੜਾ ਸੀਗਾ। ਉਹਦੇ ਉਪਲੱਬਧ ਵਿੱਚ ਇਹਨਾਂ ਨੇ ਗੁਰਦੁਆਰੇ ਦਾ ਜਿੱਥੇ ਉਹ ਦਸਲਾ ਲੈਣਾ ਕੀਤਾ, ਉੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਰਗਨਾਈਜੇਸ਼ਨ ਕੀਤੀ ਹੈ, ਜਿਸ ਦੇ ਵਿੱਚ ਸ਼ਹਿਰ ਦੇ ਬੜੇ ਹੀ ਵਧੀਆ ਡੋਨਰਾਂ ਨੇ ਆ ਕੇ ਇਸ ਦੇ ਵਿੱਚ ਹਿੱਸਾ ਲਿਆ। ਉਸ ਦੇ ਵਿੱਚ ਬਟਾਲੇ ਤੋਂ ਡਾਕਟਰ ਪ੍ਰਿਆ ਜੀ ਜੀ ਦੀ ਰਹਿਨਮਾਈ ਦੇ ਬੜੀ ਸਟੱਜੀ ਟੀਮ ਆਈ ਹੈ, ਸਾਰੇ ਵਧਾਈ ਦੇ ਪਾਤਰ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਜਗਜੀਤ ਸਿੰਘ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਦੇਹ ਰੋਗਤਾ ਬਖਸ਼ੇ, ਅਤੇ ਇਸੇ ਤਰ੍ਹਾਂ ਹੀ ਪੰਥ, ਕੌਮ, ਸਮਾਜ ਅਤੇ ਮਨੁੱਖਤਾ ਦਾ ਭਲਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ।
ਰੋਟੀ ਵੀ ਖਾਣੀ ਤੁਸੀਂ ਅਤੇ ਦੂਸਰਾ ਕੇਕ ਜਿਹੜਾ ਸੀਗਾ ਉਹ ਸ਼੍ਰੀ ਹਰਗੋਬਿੰਦਪੁਰ ਤੋਂ ਮੇਰੇ ਸਤਿਕਾਰਯੋਗ ਮੰਮੀ ਜੀ ਉਹਨਾਂ ਨੇ ਭੇਜਿਆ ਸੀਗਾ। ਆਪਾਂ ਉਹ ਕੱਟ ਰਹੇ ਸੀ ਅਤੇ ਇਹ ਪਾਰਟੀ ਰੱਖੀ ਸੀ ਸਾਡੇ ਤਾਇਆ ਜੀ ਨੇ ਸੁਖਜੀਤ ਸਿੰਘ ਹੋਣਾ ਨੇ, ਕਿਉਂਕਿ ਪਿਛਲੀ ਵਾਰੀ ਐਨੀਵਰਸਰੀ 'ਤੇ ਵੀ ਆਪਾਂ ਇੱਥੇ ਸੈਲੀਬ੍ਰੇਟ ਕੀਤਾ ਸੀ ਅਤੇ ਐਤਕੀ ਤਾਇਆ ਜੀ ਕਹਿੰਦੇ ਸੀ ਆਪਾਂ ਇੱਥੇ ਸੈਲੀਬ੍ਰੇਟ ਕਰਨਾ। ਅਤੇ ਮੇਰੇ ਦੀਦੀ ਜੀ ਤਾਇਆ ਜੀ ਦੇ ਬੇਟੀ ਔਰ ਜੀਜਾ ਜੀ ਉਹ ਬਾਹਰ ਹੀ ਹੁੰਦੇ ਨੇ USA ਦੇ ਵਿੱਚ ਅਤੇ ਉਹਨਾਂ ਦਾ ਵੀ ਬਰਥਡੇ 9 February ਨੂੰ ਹੀ ਹੁੰਦਾ, ਸੋ ਇਸ ਕਰਕੇ ਆਪਾਂ ਉਹਨਾਂ ਦੇ ਨਾਮ ਦਾ ਵੀ ਇੱਥੇ ਹੀ ਕੇਕ ਕੱਟਿਆ ਸੀਗਾ ਅਤੇ ਉਹਨਾਂ ਨੂੰ ਵੀ ਬਰਥਡੇ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਅਤੇ ਮੈਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਉਹਨਾਂ ਦਾ ਬਹੁਤ ਰਿਣੀ ਆ ਜਿਨ੍ਹਾਂ ਨੇ ਨਿਮਾਣੇ ਜੀ ਨੂੰ ਇੰਨੀਆਂ ਸ਼ੁਭਕਾਮਨਾਵਾਂ ਦਿੱਤੀਆਂ ਬਰਥਡੇ ਦੀਆਂ। Happy birthday to you, happy birthday to you, happy birthday dear G, happy birthday to you. ਖੁਸ਼ ਰਹੋ, ਆਬਾਦ ਰਹੋ, ਲੰਬੀਆਂ ਉਮਰਾਂ ਮਾਣੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।